ਓਬਰਾਏ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਇੰਤਜ਼ਾਰ ਦੀ ਘੜੀਆਂ ਹੁਣ ਖਤਮ ਹੋਣ ਜਾ ਰਹੀਆਂ ਨੇ 9 to 9 ਐਂਟਰਟੇਨਮੈਂਟ ਤੁਹਾਡੇ ਸਾਰਿਆਂ ਲਈ ਲੈ ਕੇ ਆ ਰਿਹਾ ਮਿਸਿਸ ਪੰਜਾਬ 2021 ਮੈਨੂੰ ਪਤਾ ਹੈ ਕਿ ਸਾਰਿਆਂ ਨੂੰ ਬਹੁਤ ਜ਼ਿਆਦਾ ਵੇਟ ਸੀਗੀ ਕਿ ਮਿਸਿਸ ਪੰਜਾਬ 2021 ਦੇ ਆਡੀਸ਼ਨ ਕਦੋਂ ਆਉਣਗੇ ਕਿਉਂਕਿ ਲਾਸਟ ਈਅਰ ਅਸੀਂ 2020 ਦੇ ਆਡੀਸ਼ਨਸ ਨਹੀਂ ਕਰਵਾ ਪਾਏ ਸੀਗੇ ਤੇ ਤੁਹਾਨੂੰ ਸਾਰਿਆਂ ਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਅਸੀਂ ਜਲਦੀ ਹੀ ਮਿਸਿਸ ਪੰਜਾਬ ਦੇ ਆਡੀਸ਼ਨ ਸਾਰੇ ਸ਼ਹਿਰਾਂ ਦੇ ਵਿੱਚ ਲੈ ਕੇ ਆ ਰਹੇ ਹਾਂ ਤੇ ਸਾਡੇ ਆਡੀਸ਼ਨ ਸਟਾਰਟ ਹੋਣ ਜਾ ਰਹੇ ਨੇ 28 ਫਰਵਰੀ ਤੋਂ ਪਹਿਲਾਂ ਆਡੀਸ਼ਨ ਸਾਡਾ ਲੁਧਿਆਣਾ ਸ਼ਹਿਰ ਦੇ ਵਿੱਚ ਹੈ ਤੇ ਅਸੀਂ ਆ ਰਹੇ ਹਾਂ ਤੁਹਾਡੇ ਸ਼ਹਿਰਾਂ ਦੇ ਵਿੱਚ ਲੁਧਿਆਣਾ ਤੋਂ ਬਾਅਦ ਅਸੀਂ ਆ ਰਹੇ ਹਾਂ ਜਲੰਧਰ ਅੰਮ੍ਰਿਤਸਰ ਪਟਿਆਲਾ ਚੰਡੀਗੜ੍ਹ ਅੰਬਾਲਾ ਦਿੱਲੀ ਪਠਾਨਕੋਟ ਤੇ ਹੁਸ਼ਿਆਰਪੁਰ ਦੇ ਵਿੱਚ ਬਹੁਤ ਸਾਰੀ ਕੁੜੀਆਂ ਨੂੰ ਲੱਗਦਾ ਹੈ ਕਿ ਵਿਆਹ ਤੋਂ ਬਾਅਦ ਉਹਨਾਂ ਦਾ ਕਰੀਅਰ ਖਤਮ ਹੋ ਗਿਆ ਬਟ ਮਿਸਿਸ ਪੰਜਾਬ ਉਹਨਾਂ ਦੇ ਕਰੀਅਰ ਨੂੰ ਇੱਕ ਨਵੀਂ ਪਹਿਚਾਣ ਦਿਲਾਉਣ ਲਈ ਬਣਿਆ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੂੰਗੀ ਕਿ ਜੇ ਤੁਹਾਡੇ ਵਿੱਚ ਟੈਲੈਂਟ ਹੈ ਤਾਂ ਆਪਣੇ ਘਰਾਂ ਦੇ ਵਿੱਚ ਨਾ ਬੈਠੋ ਉਸ ਟੈਲੈਂਟ ਦੇ ਪਲੇਟਫਾਰਮ ਤੇ ਲੈ ਕੇ ਆਓ ਤੇ ਮਿਸਿਸ ਪੰਜਾਬ ਤੁਹਾਨੂੰ ਮੌਕਾ ਦੇ ਰਿਹਾ ਤਾਂ ਅੱਜ ਹੀ ਰਜਿਸਟ੍ਰੇਸ਼ਨ ਕਰੋ ਸਾਡੀ ਵੈਬਸਾਈਟ ਤੇ ਜਾ ਕੇ www.missispunjab.in ਤੇ ਤੁਸੀਂ ਦੇਖ ਸਕਦੇ ਹੋ ਕਿ ਜਿੱਦਾਂ ਕਿ ਜੋ ਲੋਕ ਮੈਨੂੰ ਫਾਲੋ ਕਰਦੇ ਨੇ ਮਿਸਿਸ ਪੰਜਾਬ ਦੇ ਪੇਜ ਨੂੰ ਫਾਲੋ ਕਰਦੇ ਨੇ 2017 ਤੋਂ ਬਾਅਦ ਮੇਰੀ ਅੱਜ ਲਾਈਫ ਦੇ ਵਿੱਚ ਬਹੁਤ ਸਾਰੇ ਚੇਂਜਿਸ ਆਏ ਹੈ ਤੇ ਜੇ ਮੈਂ ਅੱਜ ਆਪਣੇ ਕਰੀਅਰ ਦੇ ਵਿੱਚ ਕਿਤੇ ਵੀ ਪਹੁੰਚ ਪਾਈ ਹਾਂ ਤਾਂ ਸਾਰਾ ਕ੍ਰੈਡਿਟ ਮਿਸਿਸ ਪੰਜਾਬ ਨੂੰ ਜਾਂਦਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੂੰਗੀ ਕਿ ਇਹ ਲਾਈਫ ਤੁਹਾਡੀ ਵੀ ਹੋ ਸਕਦੀ ਹੈ ਬਟ ਪਹਿਲਾਂ ਇੱਕ ਸਟੈਪ ਚੁੱਕਣਾ ਪੈਣਾ ਹੈ ਅੱਜ ਹੀ ਰਜਿਸਟਰ ਕਰੋ ਤੇ ਸਾਡੇ ਸ਼ੋਅ ਦੇ ਵਿੱਚ ਆਓ ਤੇ ਆਪਣੇ ਕਰੀਅਰ ਨੂੰ ਅੱਗੇ ਵਧਾਓ ਥੈਂਕ ਯੂ